ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਪਣੇ ਵਰਕਰਾਂ ਦਾ, ਸਪੈਸ਼ਲੀ ਫਾਰ ਆਪਣੀ ਜਿਹੜੀ ਪਾਰਟੀ ਆ ਆਮ ਆਦਮੀ ਪਾਰਟੀ ਨੇ, ਜਿਹਨਾਂ ਨੇ ਬਿਰਧਾਂ ਨੂੰ ਪੈਨਸ਼ਨਾਂ ਲਵਾਈਆਂ ਅਤੇ ਉਹਨਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਦਿੱਤੀਆਂ ਵਾ, ਅਤੇ ਇਹਨਾਂ ਦਾ ਅਸੀਂ ਜਿੰਨਾ ਵੀ ਸਾਡੇ ਕੋਲ ਇਹੋ ਜਿਹੇ ਕੋਈ ਸ਼ਬਦ ਨਹੀਂ ਮਿਲੇ ਜੋ ਕਿ ਇਹਨਾਂ ਦੀ ਵਡਿਆਈ ਕਰੀਏ ਆਪਣੇ ਸ਼ਬਦਾਂ ਰਾਹੀਂ। ਇਹ ਪਾਰਟੀ ਨੂੰ ਰੱਬ ਦਿਨ ਦੁੱਗਣੀ ਰਾਤ ਚੁੱਗਣੀ ਤਰੱਕੀ ਬਗੇ ਬਖਸ਼ੇ ਅਤੇ ਵਧੇ ਫੁੱਲੇ ਦੇ ਜੁਗ ਜੁਗ ਜੀਵੇ, ਅਤੇ ਸਾਡਾ ਜਿਹੜਾ ਸਾਰਾ ਜਿਹੜੇ ਭਰਾ ਵਾ ਇੱਕ ਦੂਜੇ ਨਾਲ ਮਿਲ ਕੇ ਕਦਮ ਨਾਲ ਕਦਮ ਲਾ ਕੇ, ਮੋਢੇ ਨਾਲ ਮੋਢਾ ਲਾ ਕੇ ਚੱਲਣ ਅਤੇ ਟੀਮ ਨੂੰ ਪਰਫੈਕਟ ਕਰਨ। ਅਤੇ ਆਮ ਆਦਮੀ ਵੱਲੋਂ ਲੱਗੀ, ਅਸੀਂ ਗੌਰਮੈਂਟ ਦਾ ਧੰਨਵਾਦ ਕਰਦੇ ਹਾਂ। ਧੰਨਵਾਦ ਆਮ ਪਾਰਟੀ ਵੱਲੋਂ ਮੈਂ ਪਿਲਟਣ ਲੱਗੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਬੁਢਾਪਾ ਪਿਲਸਨ ਦੇ ਤਕਰੀਬਨ 20-25 ਫਾਰਮ ਸਰਟੀਫਿਕੇਟ ਅੱਜ ਫਿਰ ਅਸੀਂ ਵੰਡ ਰਹੇ ਹਾਂ, ਅਤੇ ਅਸੀਂ ਧੰਨਵਾਦ ਕਰਦੇ ਹਾਂ ਸਰਕਾਰ ਦਾ, ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦਾ, ਡਾਕਟਰ ਇੰਦਰਬੀਰ ਸਿੰਘ ਨਿੱਜਰ ਸਾਹਿਬ ਜੀ ਦਾ, ਅਤੇ ਸਾਡੇ ਸੇਵਾ ਕੇਂਦਰ ਵਾਲੇ ਸਾਡੇ ਵੀਰ ਸਾਡਾ ਬਹੁਤ ਸਾਥ ਦੇ ਰਹੇ ਨੇ ਸਾਰੇ, ਸਾਡੇ ਮੈਡਮ ਭੈਣ ਜੀ ਸਾਡੇ ਪਰਮਜੀਤ ਕੌਰ, ਮਨਜੀਤ ਕੌਰ, ਉਹ ਵੀ ਸਾਡਾ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਿ ਅਸੀਂ ਤਕਰੀਬਨ ਇੱਕ ਮਹੀਨੇ ਦੇ ਵਿੱਚ ਫਾਰਮ ਭਰ ਕੇ ਅਤੇ ਸਰਟੀਫਿਕੇਟ ਸਾਡੇ ਕੋਲ ਵਾਪਸ ਆ ਰਹੇ ਨੇ, ਅਤੇ ਲੋਕਾਂ ਦੀਆਂ ਪੁੱਛਣਾ ਵੀ ਲੱਗ ਰਹੀਆਂ ਵਾ, ਇਹ ਤਾਂ ਤੁਸੀਂ ਲੋਕਾਂ ਕੋਲੋਂ ਆਪ ਪੁੱਛ ਸਕਦੇ ਜੇ, ਜਿਹਦੇ ਵਿੱਚ ਤਕਰੀਬਨ ਅਸੀਂ ਹੁਣ ਤੱਕ ਕੋਈ 80 ਸਰਟੀਫਿਕੇਟ ਦੇ ਚੁੱਕੇ ਹਾਂ, ਯਾਨੀ ਕਿ 80 ਪੁੱਛਣਾ ਲਵਾ ਦਿੱਤੀਆਂ ਵਾ, ਅਤੇ ਤਕਰੀਬਨ 1350 ਓਲਡ ਪੁੱਛਣਾ ਦੇ ਅਸੀਂ ਹੁਣ ਤੱਕ ਫਾਰਮ ਭਰ ਚੁੱਕੇ ਹਾਂ, ਅਤੇ 1500 ਦੇ ਕਰੀਬ ਅਸੀਂ ਹੁਣ ਤੱਕ ਆਪਣਾ ਵੋਟਰ ਕਾਰਡ ਬਣਾ ਚੁੱਕੇ ਹਾਂ, ਯਾਨੀ ਕਿ 1500 ਦੇ ਕਰੀਬ ਤੱਕ ਹੁਣ ਅਸੀਂ ਲੋਕਾਂ ਦੀਆਂ ਵੋਟਾਂ ਬਣਾ ਦਿੱਤੀਆਂ ਵਾ, ਅਤੇ ਆਸ ਕਰਦੇ ਹਾਂ ਗਾਂਹ ਵੀ ਇਸੇ ਤਰ੍ਹਾਂ ਦੇ ਲੋਕਾਂ ਦੇ ਕੰਮ ਚੱਲਦੇ ਰਹਿਣਗੇ। ਦੂਸਰਾ ਮੱਛੀ ਵਾਲੀ ਗਲੀ ਗੁਰਦੁਆਰਾ ਤੂਹ ਸਾਹਿਬ ਉਹਦੇ ਪਾਸ ਮੱਛੀ ਵਾਲੀ ਗਲੀ, ਤਕਰੀਬਨ 20 ਸਾਲ ਤੋਂ ਜਿਹੜਾ ਕੰਮ ਸੀਵਰ ਦਾ ਕੰਮ ਰੁਕਿਆ ਹੋਇਆ ਸੀ, ਉਹ ਅਸੀਂ ਉਹ ਕੰਮ ਸ਼ੁਰੂ ਕਰਵਾਇਆ ਸੀ, ਜੋ ਅੱਜ ਕੰਮ ਉਹ ਕੰਪਲੀਟ ਹੋ ਚੁੱਕਾ ਵਾ ਸਾਰਾ, ਉਹ ਤੁਸੀਂ ਜਾ ਕੇ ਵੇਖ ਸਕਦੇ ਹੋ। ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਇਹਨਾਂ ਕੀਮਤੀ ਸਮਾਂ ਕੱਢ ਕੇ ਆ ਰਹੇ।